ਸ਼ਾਸ਼ੀਕਾਲ ਜੀ ਸਾਰਿਆਂ ਨੂੰ ਚਿੱਤਰੇ ਹੱਥ ਖੜਦੀਆਂ ਮੈਂ ਹਾਂ ਸਰਜੀਤ ਪਿੰਡੂ ਲਾਈਕ ਦੀ ਮਾਨ ਚੈਨਲ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਹੈਗੀ ਹੈ ਜੀ 31 ਅਗਸਤ ਤੇ ਦਿਨ ਹੈਗਾ ਅੱਜ ਬੁੱਧਵਾਰ ਤੇ ਹੋਰ ਸਾਰੇ ਵਧੀਆ ਠੀਕ ਠਾਕ ਹੋਣਗੇ ਆਪਦੀ ਆਪਦੀ ਜ਼ਿੰਦਗੀ 'ਚ ਇੰਜੋਏ ਕਰਦੇ ਹੋਣਗੇ ਤੇ ਅੱਜ ਜੀ ਮੈਂ ਸ਼ਾਮ ਦਾ ਟਾਈਮ ਹੋ ਚੁੱਕਿਆ ਤੇ ਬਾਬਾ ਜੀ ਵੀ ਰਹਿਰਾਸ ਦਾ ਪਾਠ ਕਰਨ ਲੱਗ ਗਏ ਤੇ ਮੈਂ ਬਣਾਉਣ ਜਾ ਰਹੀ ਅੱਜ ਖੀਰ ਤੇ ਚਲੋ ਜੀ ਮੈਂ ਦੱਸਦੀ ਹਾਂ ਤੁਹਾਨੂੰ ਅਸੀਂ ਖੀਰ ਕਿੱਦਾਂ ਬਣਾਉਂਦੇ ਹਾਂ ਤੇ ਚਲੋ ਚੱਲਦੇ ਹਾਂ ਫਿਰ ਰਸੋਈ 'ਚ ਅਤੇ ਧਰ ਲਿਆ ਦੁੱਧ ਗਰਮ ਇਹਨਾਂ ਦੁੱਧ ਨੂੰ ਉਬਾਲੀ ਆਉਂਦੀ ਆ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਚੌਲ ਖੀਰ ਵਾਲੇ ਅਤੇ ਇੱਧਰ ਭਿਉਂਤੇ ਹੋਏ ਨੇ ਮੇਰੇ ਚੌਲ ਅਤੇ ਬਦਾਮ ਅਤੇ ਇਹ ਮੈਂ 15 ਕੁ ਮਿੰਟ ਪਹਿਲਾਂ ਭਿਉਂਤੇ ਸੀ ਤਾਂ ਜੋ ਇਹ ਆਪਣੀ ਖੀਰ ਵਧੀਆ ਬਣ ਜਾਏ ਅਤੇ ਚੌਲ ਕੱਚੇ ਨਾ ਰਹਿਣ ਖੀਰ ਦੇ ਵਿੱਚ ਅਤੇ ਜਦੋਂ ਦੁੱਧ ਨੂੰ ਉਬਾਲੀ ਆ ਗਈ ਫਿਰ ਇਹਦੇ ਵਿੱਚ ਆਪਾਂ ਨੇ ਪਾ ਦੇਣੇ ਨੇ ਚੌਲ ਅਤੇ ਆਪਣੀ ਜਿਹਦੇ ਨਾਲ ਖੀਰ ਰੈਡੀ ਹੋ ਜੂਗੀ ਅਤੇ ਕਈ ਲੋਕ ਪਹਿਲਾਂ ਪਾਣੀ ਧਰਦੇ ਨੇ ਪਾਣੀ ਦੇ ਵਿੱਚ ਪਹਿਲਾਂ ਚੌਲ ਰਿਝਾਉਂਦੇ ਨੇ ਬਾਅਦ 'ਚ ਦੁੱਧ ਪਾਉਂਦੇ ਨੇ ਨਹੀਂ ਪਹਿਲਾਂ ਆਪਾਂ ਨੇ ਦੁੱਧ ਹੀ ਧਰਨਾ ਇਹਦੇ ਵਿੱਚ ਹੀ ਚੌਲ ਪਾਉਣੇ ਨੇ ਅਤੇ ਇੰਨਾ ਦੁੱਧ ਨੂੰ ਆਉਂਦੀ ਆ ਉਬਾਲੀ ਦੁੱਧ ਨੂੰ ਉਬਾਲੀ ਆ ਗਈ ਅਤੇ ਇਹਦੇ ਵਿੱਚ ਪਾ ਦਿੰਦੇ ਆਪਾਂ ਚੌਲ ਜਿਹੜੇ ਚੌਲ ਹੁੰਦੇ ਨੇ ਉਹ ਖੀਰ ਵਾਲੇ ਚੌਲ ਕਹਿ ਕੇ ਲਓ ਜੀ ਇੱਦਾਂ ਦੇ ਹੋਣਗੇ ਉਹ ਜੇ ਆਪਾਂ ਬਾਸਪਤੀ ਦੇ ਸਾਫ ਤੇ ਚੌਲ ਪਾ ਦਿੰਦੇ ਹਾਂ ਜਿਹੜੇ ਲੰਬੇ ਚੌਲ ਹੁੰਦੇ ਨੇ ਬਾਸਪਤੀ ਵਾਲੇ ਉਹਦੇ ਨਾਲ ਖੀਰ ਵਧੀਆ ਨਹੀਂ ਬਣਦੀ ਹੈਗੀ ਲੋ ਹੌਲੀ ਹੌਲੀ ਇੰਨਾ ਆਪਣੀ ਖੀਰ ਬਣਦੀ ਆ ਚੌਲ ਰਿੱਝਣਗੇ ਦੁੱਧ ਦੇ ਵਿੱਚ ਅਤੇ ਇਹਨੂੰ ਘੱਟ ਗੈਸ ਕਰਕੇ ਨਾ ਫਿਰ ਬਣਾਓ ਫਿਰ ਰਿਝਾਓ ਤਾਂ ਜੋ ਆਪਣੀ ਖੀਰ ਵਧੀਆ ਅਤੇ ਸਵਾਦਿਸ਼ਟ ਬਣੂਗੀ ਅਤੇ ਇਹ ਖੀਰ ਇੱਦਾਂ ਬਣਜੂ ਜਿਵੇਂ ਖੋਆ ਹੁੰਦਾ ਖੋਏ ਵਾਂਗੂ ਟੇਸਟ ਆਊਗਾ ਖੀਰ ਦਾ ਜੇ ਆਪਾਂ ਸਲੋ ਗੈਸ 'ਤੇ ਰੱਖ ਕੇ ਰਿਝਾਵਾਂਗੇ ਆਪਾਂ ਅਤੇ ਨਾਲ ਹੁੰਦੇ ਇਹਦੇ ਵਿੱਚ ਕੜਛੀ ਫੇਰਦੇ ਰਹੋ ਅਤੇ ਜਿਹਦੇ ਨਾਲ ਆਪਣੀ ਖੀਰ ਨੀਚੇ ਨਹੀਂ ਲੱਗੂਗੀ ਜੇ ਇਹਨੂੰ ਇੱਕਣੀ ਆਪਾਂ ਛੱਡਤਾ ਕੜਛੀ ਨੂੰ ਦੁੱਧ ਦੇ ਵਿੱਚ ਹੀ ਤਾਂ ਆਪਣੀ ਖੀਰ ਨੀਚੇ ਲੱਗ ਜੂਗੀ ਅਤੇ ਜਿਹਦੇ ਨਾਲ ਖੀਰ ਦੇ ਵਿੱਚੋਂ ਜਲਣ ਦੀ ਸਮੈਲ ਆਊਗੀ ਖਾਣ ਲੱਗੇ ਅਤੇ ਉਹ ਵਧੀਆ ਨਹੀਂ ਬਣਦੀ ਫਿਰ ਇੱਧਰ ਦਾਖਾਂ ਅਤੇ ਬਦਾਮ ਭਿਉਂਤੇ ਰੱਖੇ ਹੋਏ ਨੇ ਅਤੇ ਅੱਜ ਮੈਂ ਦੁਪਹਿਰੇ ਦਾਲ ਬਣਾ ਲਈ ਸੀ ਅਤੇ ਚੱਲ ਅੱਜ ਮੈਂ ਕਿਹਾ ਚੱਲ ਖੀਰ ਬਣਾ ਦੇਣੀ ਆ ਬੱਚੇ ਕਹਿੰਦੇ ਅੱਜ ਸਾਨੂੰ ਖੀਰ ਬਣਾ ਕੇ ਦਿਓ ਅਤੇ ਖੀਰ ਵੀ ਕਦੇ ਕਦੇ ਵਧੀਆ ਹੀ ਲੱਗਦੀ ਹੁੰਦੀ ਆ ਜੀ ਵੀ ਆਉਣ ਵਾਲੇ ਨੇ ਕੰਮ ਤੋਂ ਅਤੇ ਹਨੇਰਾ ਹੋਣ ਲੱਗ ਗਿਆ ਅਤੇ ਬੱਚੇ ਬੈਠੇ ਹੁੰਦੇ ਟੀ ਵੀ ਦੇਖਦੇ ਨੇ ਅਤੇ ਚਲੋ ਜੀ ਜਦੋਂ ਖੀਰ ਬਣ ਗਈ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਵੀ ਖੀਰ ਕਿਵੇਂ ਦੀ ਬਣੀ ਆ ਅਤੇ ਬਾਕੀ ਦਾਲ ਪਈ ਆ ਮੇਰੀ ਥੋੜ੍ਹੀ ਜਿਹੀ ਮੇਰੀ ਚਟਨੀ ਪਈ ਆ ਤਾਂ ਚੱਲ ਸਾਨੂੰ ਮੁੱਕਣਾ ਹੀ ਹੈਗੀ ਇਹ ਚਟਨੀ ਅਤੇ ਦਾਲ ਅਤੇ ਬਾਕੀ ਖੀਰ ਹੋ ਗਈ ਖੀਰ ਹੁੰਦੇ ਨਾਲ ਖੀਰ ਦੇ ਵਿੱਚ ਨਾਲ ਹੁੰਦੇ ਕੜਛੀ ਫੇਰੀ ਜਾਓ ਅਤੇ ਇੱਕ ਗੱਲ ਹੋਰ ਕਹਾਂ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਆ ਅਤੇ ਨਾਲੇ ਅਗਾਹਾਂ ਤੋਂ ਗਾਹਾਂ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਪਲੀਜ਼ ਜਿਹੜੇ ਮੇਰੇ ਚੈਨਲ 'ਤੇ ਨਵੇਂ ਹੁੰਦੇ ਨੇ ਉਹ ਵੀ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਜਿਹਦੇ ਨਾਲ ਮੇਰੇ ਕਮੈਂਟ ਵੀ ਵਧਣਗੇ ਅਤੇ ਬਾਕੀ ਸਬਸਕ੍ਰਾਈਬਰ ਵਧਣਗੇ ਅਤੇ ਬਣ ਨੂੰ ਤਾਂ ਖੀਰ ਨੂੰ ਕੁਛ ਨਹੀਂ ਲੱਗਦਾ ਹੈਗਾ ਜਲਦੀ ਉਹ ਬਣ ਜਾਂਦੀ ਆ ਬਸ ਐਂ ਵੀ ਇਹਦੇ ਲਵੇ ਬੈਠਣਾ ਪੈਂਦਾ ਖੀਰ ਬਣਾਉਣ ਲੱਗੇ ਬਸ
लो जी जदों खीर ना थोड़ी जी रिझ गई मतलब कि बनने वाली होगी उहदे विच आपां ने आ दाखां ते बदाम पा देने ने। कई बने तो बाद पाउंदे ने पर आपां पहला पा दांगे। बस बनने वाली आ खीर, 5 मिनट होर रखने ने इह ते अपनी खीर हो जू रेडी। लो खीर तो हो गई अपनी रेडी। हुण मैं थोड़ी जी खीर कौले दे विच ना फिक्की खीर कढ देनी आ मेरी बीबी वास्ते, बीबी भापे जी वास्ते, ते बाकी खीर दे विच आपां मिठा पा लांगे। ਇਹ 'ਚ ਆਪਾਂ ਹੁਣ ਪਾ ਦੇਣੇ ਸ਼ੱਕਰ। ਕਈ ਇਹਦੇ ਵਿੱਚ ਪਾ ਲੈਂਦੇ ਨੇ ਚੀਨੀ, ਪਰ ਆਪਾਂ ਚੀਨੀ ਨਹੀਂ ਪਾਉਂਦੇ ਕਿਉਂਕਿ ਚੀਨੀ ਨਾਲ ਸ਼ੂਗਰ ਹੋ ਜਾਂਦਾ। ਅਤੇ ਅਸੀਂ ਚਾਹ ਦੇ ਵਿੱਚ ਵੀ ਸ਼ੱਕਰ ਵਰਤਦੇ ਹਾਂ, ਦੁੱਧ 'ਚ ਵੀ ਸ਼ੱਕਰ ਵਰਤਦੇ ਹਾਂ, ਅਤੇ ਬਾਕੀ ਜੇ ਖੀਰ ਸੇਵੀਆਂ ਵਗੈਰਾ ਬਣਾਉਂਦੇ ਹਾਂ ਉਹਦੇ ਵਿੱਚ ਹੀ ਸ਼ੱਕਰ ਵਰਤਦੇ ਹਾਂ। ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਸ਼ੱਕਰ। लो जी खीर तो हो गई अपनी रेडी, मिठा पा दिता, तो थोड़ा जहाँ दुध पा देने, ज़्यादा गाढ़ी हो गई खीर। जे तुसी खीर देखो ना खा के खोए वर्गा टेस्ट आऊगा खीर का। बच्चे तो कहते ने प्रसाद भी करके दे नाल, पर टाइम नहीं जी प्रसाद करन दा क्योंकि हले मैं रोटी भी बनानी है। इधर आ सरदार जी जी कम तो मेरे च दींदा नहीं है। ते चलो ठीक है जी, अज का ब्लॉग आप करते इतनी समाप्त। मिलते कल किसी नवे ब्लॉग नाल जा नवी वीडियो नाल। ते मेरी वीडियो नू लाइक कर दियो, सबसक्राइब कर दियो, ते शेयर जरूर करया करो, ते कमेंट करके तुसी दस्यो भी तुसी खीर किवें बनाउंदे हो। ते चलो मिलते जी कल किसी नवी वीडियो नाल। तद तक सारिआं नूं सत श्री अकाल, बाय बाय।